ਹਾਂਜੀ, ਨੈਕਸਟ ਆਪਣੇ ਕੋਲ ਹੈਗਾ ਡਿਬੇਟ ਵਿਧਾਨ ਸਭਾ ਦੀ। ਲਿਖੋ ਜੀ, ਜਿੱਥੋਂ ਤੱਕ ਪੋਲੀਟੀਕਲ ਪ੍ਰੋਬਲਮ ਦਾ ਸਵਾਲ ਹੈ, ਇਸ ਮਸਲੇ 'ਤੇ ਸਾਡੇ ਔਰ ਸਰਦਾਰ ਬੇਅੰਤ ਸਿੰਘ ਜੀ ਦੇ ਕੁਝ ਮਤਭੇਦ ਰਹੇ ਡੰਡਿੰਗ। ਉਹਨਾਂ ਦੇ ਮੁਤਾਬਕ ਇਹ ਲਾਅ ਐਂਡ ਆਰਡਰ ਦੀ ਸਮੱਸਿਆ ਹੀ ਹੈ। ਮੈਂ ਕਹਿੰਦੀ ਹਾਂ ਕਿ ਪੋਲੀਟੀਕਲ ਸਲਿਊਸ਼ਨ ਦਾ ਅੱਤਵਾਦ ਨਾਲ ਪੂਰਾ ਸੰਬੰਧ ਹੈ ਡੰਡਿੰਗ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਇਸ ਨਾਲ ਕੋਈ ਸੰਤੁਸ਼ਟ ਨਹੀਂ ਹੋ ਜਾਵੇਗਾ ਡੰਡਿੰਗ। ਫਿਰ ਪਾਣੀਆਂ ਦਾ ਮਸਲਾ ਹੈ ਡੰਡਿੰਗ। ਇਹ ਗੱਲ ਵੀ ਠੀਕ ਹੈ ਕਿ ਜਿਨ੍ਹਾਂ ਪ੍ਰੋਬਲਮਸ ਬਾਰੇ ਬੇਚੈਨੀ ਹੈ, ਖਾਸ ਕਰਕੇ ਕਿਸੇ ਇੱਕ ਸੈਕਸ਼ਨ ਵਿੱਚ, ਔਰ ਇਹਨਾਂ ਪ੍ਰੋਬਲਮਸ ਨੂੰ ਟੈਰਰਿਜ਼ਮ ਵਰਤਦਾ ਹੈ, ਇਸ ਲਈ ਇਹਨਾਂ ਪ੍ਰੋਬਲਮਸ ਦਾ ਸਲਿਊਸ਼ਨ ਬਹੁਤ ਜ਼ਰੂਰੀ ਹੈ ਡੰਡਿੰਗ। ਚੰਡੀਗੜ੍ਹ ਦਾ ਮਸਲਾ ਹੈ ਪਾਣੀਆਂ ਦੇ ਵੰਡ ਹੈ, ਪ੍ਰਾਂਤਾਂ ਨੂੰ ਵੱਧ ਅਖਤਿਆਰ ਦੇਣ ਦੀ ਗੱਲ ਹੈ। 1984 ਦੇ ਦੰਗਿਆਂ ਲਈ ਜੋ ਜ਼ਿੰਮੇਵਾਰ ਹਨ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਮਸਲਾ ਹੈ ਡੰਡਿੰਗ। ਇਹ ਸਾਰੇ ਮਸਲੇ ਸਾਲਵ ਹੋਣੇ ਚਾਹੀਦੇ ਹਨ ਡੰਡਿੰਗ। ਖੁਸ਼ਹਾਲ ਬੈਲ ਨੇ ਵੀ ਕਹਿ ਦਿੱਤਾ ਕੋਈ ਪੋਲੀਟੀਕਲ ਪ੍ਰੋਬਲਮ ਨਹੀਂ ਹੈ ਡੰਡਿੰਗ। ਖਾਲਿਸਤਾਨ ਦੀ ਡਿਮਾਂਡ ਸਿੱਖਾਂ ਵਿੱਚ ਹੈ, ਪਰ ਕੋਈ ਇੱਕ ਖਾਸ ਸੈਕਸ਼ਨ ਹੀ ਇਹ ਕਰਦਾ ਹੈ, ਪਰ ਇਕੱਲੇ ਇਹ ਡਿਮਾਂਡ ਨਹੀਂ, ਹੋਰ ਵੀ ਕਈ ਡਿਮਾਂਡਸ ਹਨ ਜਿਨ੍ਹਾਂ ਦਾ ਸਲਿਊਸ਼ਨ ਜਲਦੀ ਹੋਣਾ ਚਾਹੀਦਾ ਹੈ ਡੰਡਿੰਗ। ਇਸ ਸੰਬੰਧ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਪ੍ਰਾਂਤਾਂ ਨੂੰ ਵੱਧ ਅਧਿਕਾਰ ਦੇਣ ਦਾ ਮਸਲਾ ਬਹੁਤ ਅਹਿਮ ਹੈ, ਔਰ ਇਸ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੇ ਹਾਲ ਦੀ ਦਿੱਲੀ ਦੀ ਮੀਟਿੰਗ ਦੇ ਵਿੱਚ ਜਿਹੜੀ ਇਹ ਡਿਮਾਂਡ ਕੀਤੀ ਹੈ ਕਿ ਜਿਹੜੀਆਂ ਮਾਲੀ ਜ਼ਰੂਰੀ ਡਿਮਾਂਡਸ ਹਨ ਪੰਜਾਬ ਦੇ ਲੋਕਾਂ ਦੀਆਂ, ਹੋਰ ਪ੍ਰਾਂਤਾਂ ਦੀਆਂ ਜੋ ਫਿਜ਼ੀਕਲ ਡਿਮਾਂਡਸ ਹਨ, ਉਹ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਅਤੇ ਇਸ ਨੂੰ ਜੀ ਆਇਆਂ ਕਹਿੰਦੇ ਹੋਏ, ਔਰ ਇਹ ਵੀ ਕਹਿੰਦੇ ਹਾਂ ਕਿ ਇਸ ਦੇਸ਼ਾਂ ਵਿੱਚ ਹੋਰ ਕਦਮ ਚੁੱਕੇ ਜਾਣ ਡੰਡਿੰਗ। ਹਿੰਦੁਸਤਾਨ ਨੂੰ ਹੋਰ ਫੈਡਰਲ ਬਣਾਉਣ ਲਈ ਸੀਰੀਅਸ ਯਤਨ ਕਰਨੇ ਚਾਹੀਦੇ ਹਨ ਡੰਡਿੰਗ। ਸੈਂਟਰਲ ਗੌਰਮੈਂਟ ਨੂੰ ਔਰ ਸਟੇਟ ਗੌਰਮੈਂਟ ਨੂੰ ਵੀ ਡੰਡਿੰਗ। ਇਹ ਇੱਕ ਤਰੀਕਾ ਹੈ ਜਿਸ ਨਾਲ ਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਖਾਲਿਸਤਾਨ ਦੇ ਸਲੋਗਨਸ ਰੇਂਜ ਕਰਨ ਵਾਲੇ ਲੋਕਾਂ ਦਾ ਢੁਕਵਾਂ ਜਵਾਬ ਦਿੱਤਾ ਜਾ ਸਕਦਾ ਹੈ ਡੰਡੀ ਪਰਾਂ। ਸਾਡੀ ਪਾਰਟੀ ਪੁਲਿਸ ਦੀਆਂ ਵਧੀਕੀਆਂ ਦੇ ਸਵਾਲ ਨੂੰ ਲੈ ਕੇ ਲੜ ਰਹੀ ਹੈ ਡੰਡਿੰਗ। ਭਾਰਤੀ ਜਨਤਾ ਪਾਰਟੀ, BSP ਵੀ ਅਤੇ ਹੋਰ ਪਾਰਟੀਆਂ ਵੀ ਇਹ ਸਵਾਲ ਉਠਾਉਂਦੀਆਂ ਰਹੀਆਂ ਹਨ ਡੰਡਿੰਗ। ਅੱਤਵਾਦ ਨੂੰ ਉਖਾੜਨ ਲਈ ਜ਼ਰੂਰੀ ਹੈ ਕਿ ਪੁਲਿਸ ਔਰ ਲੋਕਾਂ ਵਿਚਕਾਰ ਪਾੜਾ ਘਟੇ, ਪਰ ਸਰਕਾਰ ਦੇ ਇਸ ਪਾਸੇ ਤਵੱਜੋ ਕਾਫੀ ਨਹੀਂ ਹੈ ਡੰਡਿੰਗ। ਠੀਕ ਹੈ, ਸਿਕਿਉਰਿਟੀ ਫੋਰਸਿਸ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਹਨ ਡੰਡਿੰਗ। ਮੇਰੀ ਕੰਸਟੀਚੁਐਂਸੀ ਦੇ ਵਿੱਚ ਸ਼ਾਟਾਂ ਦੇ ਨਜ਼ਦੀਕ ਪੁਲਿਸ ਦੀ ਫੈਮਿਲੀ ਦੇ ਛੋਟੇ ਛੋਟੇ ਬੱਚੇ ਐਨਮਾਸ ਟੈਰਰਿਜ਼ਮ ਨੇ ਕਿਲ ਕਰਨ ਦੀ ਕੋਸ਼ਿਸ਼ ਕੀਤੀ ਡੰਡਿੰਗ। ਅਸੀਂ ਉਹਨਾਂ ਫੋਰਸਿਸ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਦੇ ਹਾਂ, ਲੇਕਿਨ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਕਈ ਵਾਰੀ ਐਸੇ ਹਾਲਾਤ ਵਿੱਚ ਅਣਜਾਣੇ ਹੀ ਵਧੀਕੀਆਂ ਹੋ ਜਾਂਦੀਆਂ ਹਨ ਡੰਡੀ। ਹਾਂਜੀ, ਇਹਦੀ ਫੋਟੋ ਤੁਹਾਨੂੰ ਮੈਂ ਆਪਣੇ ਵਟਸਐਪ ਗਰੁੱਪ 'ਤੇ ਸੈਂਡ ਕਰੂੰਗਾ। ਠੀਕ ਹੈ, ਥੈਂਕ ਯੂ ਜੀ।